ਉਹ ਯਾਰ ਕਿਸੇ ਵੱਡੇ ਨੂੰ ਸਾਦ ਤੈਨੂੰ ਰੇਟ ਦਾ ਨਹੀਂ ਪਤਾ ਲੱਗਦਾ ਤਾ ਅੱਛਾ ਉਹ ਪਰਲੇ ਦਾ ਕਿੰਨਾ ਅੱਛਾ ਤੇ ਇਹਦਾ ਪੰਜਾਹ ਹਜ਼ਾਰ ਹੋਰ ਅੱਸੀ ਹਜ਼ਾਰ ਕਿਰਾਇਆ 3 ਲੱਖ 'ਚ ਕਿੰਨੇ ਹਜ਼ਾਰ ਹੁੰਦੇ ਆ 3 ਲੱਖ ਵੇਖੇ ਜੀ ਓਏ ਆ ਜਾ ਨਹੀਂ ਆਉਣਾ ਜੀ 2 ਲੱਖ ਦਾ ਅਤੇ ਉੱਪਰ ਉੱਪਰਲੇ ਪਾਸੇ ਆ ਅਤੇ ਆ ਬਹੁਤ ਮਹਿੰਗੇ ਨੇ ਯਾਰ ਮਹਿੰਗੇ ਉਹ ਉਹਦੇ ਮੁੱਠੇ ਬੈਠੇ ਹੋਏ ਨੇ ਮੁੱਠੇ ਬੈਠੇ ਹੋਏ ਨੇ ਆ ਵੇ ਤੂੰ ਦੰਦ ਕੱਢ ਲੈ ਕੀ ਆਉਂਦਾ ਪਿਆ ਦੂਰ ਸਾਰੇ ਅਕੈਡਮੀ ਲੱਗੇ ਹੋਏ ਆ ਕੋਈ 2 ਲੱਖ ਮੰਗੀ ਜਾਂਦਾ ਕੋਈ 1 ਲੱਖ ਮੰਗੀ ਜਾਂਦਾ ਚੱਲ ਕਿੰਨੇ ਪੈਸੇ ਕਿੰਨੇ ਪੈਸੇ ਇਸ ਘੋੜੇ ਦੇ ਹਾਂ ਇਸ ਘੋੜੇ ਦਾ 2.5 ਲੱਖ ਆ ਨਾ ਅਬਰ ਵਿਚਾਰੀ ਪਾ ਕੋਈ ਗੋੜੀ ਕੋਲਾ ਹੈ ਘੋੜਾ ਨੇ ਤੇ ਬਾਦੀ ਵਾਲਾ ਬਚਦਾ ਹੀ ਹੈ ਤੇ ਬਚਦਾ ਹੀ ਹੈ ਤੇ ਕਾਦੀ ਛੋਟਾ ਜਿਹਾ ਕੱਦ ਪੂਰਾ ਹੈ ਕਿੱਡਾ ਹੈ ਕਿੰਨਾ ਹੈ 6 ਫੁੱਟ ਦਾ ਕੱਦ ਤਾਂ ਨਹੀਂ ਹੁੰਦਾ 5 ਫੁੱਟ ਦਾ ਬੰਦਾ ਹੋਵੇ ਤਾਂ ਲੱਤਾਂ ਥੋੜੀਆਂ ਉਤਾਂ ਆਣ ਗਈਆਂ ਹੁੰਦੀਆਂ ਹਾਂ ਅੱਛਾ ਹਾਂ ਤੇ 6 ਗਿੱਠ ਕੱਦ ਕੀ ਹੁੰਦਾ 63 ਇੰਚ ਕੱਦ 64 ਇੰਚ ਉਹ ਅੱਲਾ ਦੇ ਬੰਦਿਆ ਛੋਟਾ ਕੱਦ ਦਾ ਮੈਨੂੰ ਵੀ ਪਤਾ ਤੇਰਾ ਘੋੜਾ ਮਾਸ਼ਾਅੱਲਾ ਭਾਵੇਂ ਦੌੜ ਦੇ ਵਿੱਚ ਜਿਵੇਂ ਮਰਜ਼ੀ ਹੈ ਜਨਾਬ ਚਾਹ ਜਿੱਥੋਂ ਅਸੀਂ ਮਰਜ਼ੀ ਭਾਵੇਂ ਪੀਏ ਹਾਜ਼ਰੀ ਤਾਂ ਅਸੀਂ ਆਪਦੇ ਸਬਸਕ੍ਰਾਈਬਰਾਂ ਦੀ ਦੇਣੀ ਹੈ ਲਓ ਜੀ ਜਾਨਵਰ ਤੁਸੀਂ ਵੇਖੋ ਅਤੇ ਮੰਡੀ ਮੁੰਡੀ ਨਾ ਆਇਆ ਜੇ ਮੈਨੂੰ ਤਾਂ ਉੱਥੇ ਕੋਈ ਸ਼ਾਨਾ ਤਾਂ ਨਹੀਂ ਆਈ ਜੇ ਅਤੇ ਜੇਕਰ ਤੁਸੀਂ ਫਿਰ ਵੀ ਸ਼ੌਕ ਦੇ ਹੱਥੋਂ ਮਜਬੂਰ ਹੋਵੋ ਤਾਂ ਜਨਾਬ ਤੁਸੀਂ ਆ ਕੇ ਆ ਸਕਦੇ ਜੇ ਓਏ ਆ ਜਾ ਹੁਣ ਤੂੰ ਦੱਸਦਾ ਨੀ ਪਿੱਛੋਂ ਭਾਵੇਂ ਸਾਨੂੰ ਬੱਸ ਨਾ ਲੱਭੇ ਉੱਥੋਂ ਇੱਧਰ ਆ ਇੱਧਰ ਆ ਹਾਂ ਕਿੰਨੇ ਪੈਸੇ ਇਹਦੇ ਕਿੰਨੇ ਪੈਸੇ 3 ਲੱਖ ਅੱਛਾ ਇਹਦਾ 2.5 ਲੱਖ ਇਹਦਾ 3.5 ਲੱਖ ਨਹੀਂ 80 ਹਜ਼ਾਰ ਅੱਛਾ ਇਹਦਾ 80 ਹਜ਼ਾਰ ਤੂੰ ਮੰਨੇਗਾ ਇਸ ਘੋੜੀ ਮਿੰਨਤਾਂ ਮੰਨੇ ਨਾਲ ਕਰਦਾ ਸੀ 60 ਹਜ਼ਾਰ ਰੁਪਈਏ ਦੀ ਘੋੜੀ ਇਹ ਉੱਥੋਂ ਆਈ ਹੈ ਨਹਿਰ ਦੇ ਕਿਨਾਰੇ ਉਰਲੇ ਪਾਸੇ ਇਹ ਦਿੰਦਾ ਸੀ ਉਹ ਨਿੰਮਾਂ ਦੇ ਥੱਲੇ ਦਿੰਦਾ ਉਸ ਮੁਨਾਫਾ ਮੁਨਾਫਾ ਲੈਣਾ ਉਂਝੇ 60 ਹਜ਼ਾਰ ਰੁਪਈਏ ਦੀ ਉਹ ਮੇਰੇ ਕੋਲ ਮੰਗਦਾ ਸੀ ਬਹੁਤ ਅੱਛੇ ਸੁਣ ਲਿਆ ਜੇ ਸੁਣ ਲਿਆ ਜੇ ਸਾਰੇ ਅਕੈਡਮੀ ਪੜ੍ਹੇ ਹੋਏ ਜੇ ਇਹਦੇ ਕਿੰਨੇ ਪੈਸੇ 2.5 ਲੱਖ ਰੁਪਈਆ ਠੀਕ ਹੈ ਅਤੇ ਉਹ ਪਰਲੇ ਦਾ 3 ਲੱਖ ਹਾਂ ਸੁਣੀ ਚਲੋ 1.5 ਲੱਖ ਰੁਪਈਆ 1.5 ਲੱਖ ਰੁਪਈਆ ਕੱਦ ਕਿੰਨਾ ਜਨਾਬ ਬੱਚਾ
पांच किट्ठा ते इंदे ते मुठे पिछले बैट और भरे होए ने हवा भरी ते हवा की हुंदी है ओ हवा हुंदी है जेले गोले टुरी में ना मुल्ला आवे ने हवा जदो कोड़ा साला दी भी वजह कछ दी मुल्ला आवे ने उजे हवा हुंदी की हवा ज्यादा देर होवे ते रेशा भी ले आंदी है रेशे दी जेले गोले थल्ले ना दे ना बाहर बारे कर खलोते खलोते की किथा डांस करदा लो जी हवा भरी हुई है पिछले पैरों च 3 लाख रुपया किन्ना किन्ना किन्ने पैसे 3 लाख रुपया जी 5 फुट जनाब कद जे अगर रेहड़ी दे विच तुसी जोड़ना होवे तो तुसी ये ला सकते जी अच्छा क्यों भाई हाँ जी इन्दा 6 लाख मैं तो 6 लाख रुपया अच्छा ये नचदा निका जा निका जा ਕਹਿੰਦੇ ਤੇ ਜੋ 7 ਫੁੱਟ ਤਾਂ ਬੰਦਾ ਬਾਦ ਹੀ ਗਿਆ ਤੇ ਉਹਦੀਆਂ ਲੱਤਾਂ ਥੱਲੇ ਲੱਗ ਜਾਣਗੀਆਂ ਉਹ ਤਾਂ ਇਹੀ ਲੱਗੇਗਾ ਜਿਵੇਂ ਬੰਦਾ ਪਤਾ ਨਹੀਂ ਸਾਈਕਲ ਹੀ ਚਲਾਉਂਦਾ ਪਿਆ ਹਾਂ ਕਿੰਨਾ ਕਰਦੇ ਹੋਊਗੇ ਇਹਨਾਂ ਤੋਂ ਮਿਹਨਤ ਸੀ ਮਿਹਨਤ ਸੀ ਯਾਰ ਹੱਦ ਹੋ ਗਈ ਮਿਹਨਤ ਯਾਰ ਇੱਕ ਵਾਰੀ ਮਿਹਨਤ ਸਾਡੇ ਕਹਿਣ ਦੇ ਉੱਤੇ ਮਿਹਨਤ ਸੀ ਲਓ ਜੀ ਆ ਵੇਖੀ ਹੁਣ 1 2 3 4 5 6 ਜੀ ਲਓ ਜੀ 6 ਤੇ ਇਹਦੀ ਗਿੱਠ ਵੀ ਛੋਟੀ ਜੀ ਯਾਨੀ ਕਿ 5 ਇੰਚ ਹਾਂ ਛੋਟੀ ਛੋਟੀ ਹਾਂ ਛੋਟੀ ਹੈ ਨਾ 2 ਇੰਚੀਆਂ ਦਾ ਫਰਕ ਹੈ ਤੇ ਕਿੰਨੇ ਪੈਸੇ ਹੈ ਤੁਹਾਨੂੰ 2 ਲੱਖ ਆ 2 ਲੱਖ ਮੰਗ ਅੱਜ ਤੂੰ ਰਾਤ ਨੂੰ ਸੌਣਾ ਹੈ ਤੇ ਸਵੇਰੇ ਤੂੰ ਸੱਪ ਬਣ ਕੇ ਉੱਠਣਾ ਹੈ 2 ਲੱਖ ਆ ਜਾ ਫਿਰ ਨੰਬਰ ਦੱਸ ਤੂੰ ਫਿਰ ਨੰਬਰ ਦੱਸ ਨੰਬਰ 03 46 ਹਾਂ ਉਹ ਨੰਬਰ ਦੇ ਵੀ ਲੋਕਾਂ ਨੇ ਤੈਨੂੰ ਬੜੀਆਂ ਗੱਲਾਂ ਕਰਨੀਆਂ ਪਿਆਰ ਵਾਲੀਆਂ 03 46 29 63 ਨਾਂ ਤੇਰਾ ਸਰਮਸ਼ਾ ਮਾਸ਼ਾਅੱਲਾ ਸਾਰੇ ਸ਼ਾਹ ਇਕੱਠੇ ਹੋਏ ਹੋਏ ਨੇ ਬਾਬਾ ਅੱਲਾ ਖੈਰ ਕਰੇ ਕੋੜੀਆਂ ਨਚਾ ਨਚਾ ਕੇ ਬਸ ਵਿਆਹ ਚ ਕਰ ਦਿਓ ਕੋੜੀਆਂ ਨਚਾ ਨਚਾ ਕੇ ਲਓ ਜੀ 2 ਲੱਖ ਰੁਪਈਆ ਇਹਦਾ ਜੇ ਪੰਜ ਗਿੱਠਾਂ ਇਹਦਾ ਕੱਦ ਜੇ ਠੀਕ ਹੈ 5 ਗਿੱਠਾਂ ਦੇ ਵਿੱਚ 50 ਇੰਚ ਇਹਦਾ ਕੱਦ ਜੇ 2 ਲੱਖ ਰੁਪਈਆ ਜੇ ਜੀ 2.5 ਲੱਖ ਰੁਪਇਆ ਜੀ ਇਹਦਾ ਜੇ ਅਤੇ 3 ਲੱਖ ਰੁਪਇਆ ਜੀ ਉਹਦਾ ਜੇ ਭਾਈ ਨੇ ਮੇਰੀ ਗੱਲ ਤਾਂ ਸੁਣੋ ਜੇ ਅਗਰ ਫਰਜ਼ ਕੀਤਾ ਕਿ 2-4 ਘੋੜੀਆਂ ਮੈਂ ਵੀ ਲੈ ਕੇ ਵੇਚਾਂ ਅਤੇ ਕੋਈ ਇਹਦੇ 'ਚ ਕੋਈ ਫਾਇਦਾ ਹੋਏਗਾ ਬੜਾ ਫਾਇਦਾ ਸਹੀ ਦੱਸ ਕੋਠੀ ਕੋਠੀ ਪਾ ਲਈ ਜੀ ਪਾ ਲਈ ਬਸ ਠੀਕ ਹੈ ਮੈਂ ਵੀ 2 ਕੁਆਟਰ ਪਾਊਂਗਾ ਆ ਜਾ ਲਓ ਜੀ ਵੀਡੀਓ ਅੱਛੀ ਲੱਗੀ ਹੋਵੇ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕੀਜੀਏਗਾ ਅਤੇ ਜਨਾਬ ਇੱਥੇ ਤੁਸੀਂ ਮੇਰੇ ਚੈਨਲ ਦੇ ਉੱਤੇ ਜਨਾਬ ਵੀਡੀਓ ਵੇਖ ਲਓ ਜੇ ਕੋਈ ਬੰਦਾ ਸੋਚ ਕੇ ਬੈਠਾ ਜਨਾਬ ਕਿ ਇੱਥੇ ਚੈਨਲ ਦੇ ਉੱਤੇ ਆਉਣਾ ਤਾਂ ਬਿਲਕੁਲ ਨਾ ਤੁਸੀਂ ਆਏ ਜੇ ਜ਼ਿਆਦਾ ਬਹੁਤ ਪੈਸੇ ਨੇ ਤਾਂ ਮੇਰਾ ਅਕਾਊਂਟ ਨੰਬਰ ਲੈ ਲਓ ਤਾਂ ਉਹਦੇ ਵਿੱਚ ਕਰਾ ਦਿਆ ਜੇ ਅਤੇ ਜਨਾਬ ਇਜਾਜ਼ਤ ਚਾਹਨਾ ਜੀ ਵੀਡੀਓ 'ਚ ਫਿਰ ਮੁਲਾਕਾਤ ਹੋਵੇਗੀ ਇਨਸ਼ਾ ਅੱਲਾਹ ਤਾਲਾ ਅੱਲਾਹ ਹਾਫਿਜ਼ ਸਪੁਰਦੇ ਖੁਦਾ ਜਨਾਬ